ਸੂਬੇ ਅੰਦਰ ਪੰਚਾਇਤੀ ਚੋਣਾਂ ਦਾ ਆਗਾਜ਼ ਹੋ ਚੁੱਕਿਆ ਹੈ। ਲੋਕਾਂ ਨੇ ਆਪਣੀ ਕਮਰ ਕੱਸ ਲਈ ਹੈ। ਕਈ ਪਿੰਡਾਂ ਵਿੱਚ ਤਾਂ ਦੱਸਿਆ ਜਾ ਰਿਹਾ ਹੈ ਕਿ ਲੋਕਾਂ ਨੇ ਅੱਡੀ ਚੋਟੀ ਦਾ ਜ਼ੋਰ ਲਗਾਉਣਾ ਵੀ ਸ਼ੁਰੂ ਕਰ ਦਿੱਤਾ ਹੈ। ਪਰ ਜ਼ਿਲ੍ਹਾ ਹਲਕੇ ਦੇ ਪਿੰਡ ਬਹਿਕ ਗੁਜਰਾ ਨੇ ਕੁਝ ਵੱਖਰਾ ਹੀ ਕਰਕੇ ਵਿਖਾਇਆ, ਜਿੱਥੇ ਇੱਕ ਐਸੀ ਪਰਿਵਾਰ ਦੀ ਮਹਿਲਾ ਨੂੰ ਸਰਬਸੰਮਤੀ ਦੇ ਨਾਲ ਸਰਪੰਚ ਚੁਣਿਆ ਗਿਆ, ਜਿਸਦੇ ਹਰ ਪਾਸੇ ਚਰਚੇ ਹੋ ਰਹੇ ਨੇ, ਜੋ ਕਿ ਇੱਕ ਵਧੀਆ ਉਪਰਾਲਾ ਹੈ। ਦੱਸਣਾ ਬਣਦਾ ਹੈ ਕਿ ਫਿਰੋਜ਼ਪੁਰ ਦੇ ਵਿਧਾਨ ਸਭਾ ਹਲਕਾ ਜ਼ੀਰਾ ਦੇ ਪਿੰਡ ਬਹਿਕ ਗੁਜਰਾ ਦੇ ਵਿੱਚ ਪਿੰਡ ਵਾਸੀਆਂ ਨੇ ਸਰਬਸੰਮਤੀ ਦੇ ਨਾਲ ਐਸੀ ਪਰਿਵਾਰ ਵਿੱਚੋਂ ਮਹਿਲਾ ਨੂੰ ਸਰਪੰਚ ਚੁਣਿਆ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪਿੰਡ ਵਾਸੀਆਂ ਨੇ ਦੱਸਿਆ ਕਿ ਪਹਿਲਾਂ ਰਵਾਇਤੀ ਪਾਰਟੀਆਂ ਵੱਲੋਂ ਵੋਟ ਪਵਾ ਕੇ ਸਰਪੰਚ ਬਣਾਇਆ ਜਾਂਦਾ ਸੀ ਜਾਂ ਫਿਰ ਆਪਣੀ ਮਰਜ਼ੀ ਨਾਲ ਹੀ ਸਰਪੰਚ ਬਣਾ ਦਿੱਤਾ ਜਾਂਦਾ ਸੀ, ਜਿਸ ਨਾਲ ਨਾ ਤਾਂ ਪਿੰਡ ਦਾ ਕੋਈ ਵਿਕਾਸ ਹੁੰਦਾ ਸੀ ਅਤੇ ਨਾ ਹੀ ਕੋਈ ਗੱਲ ਸੁਣਦਾ ਸੀ ਅਤੇ ਪਿੰਡ ਦੇ ਵਿੱਚ ਲੜਾਈ ਝਗੜੇ ਹੁੰਦੇ ਹੀ ਰਹਿੰਦੇ ਸਨ, ਜਿਸ ਨਾਲ ਪਿੰਡ ਦੇ ਵਿੱਚ ਆਪਸੀ ਭਾਈਚਾਰਕ ਸਾਂਝ ਵੀ ਖਤਮ ਹੋ ਰਹੀ ਸੀ। ਇਸ ਲਈ ਭਗਵੰਤ ਮਾਨ ਦੀ ਸਰਕਾਰ 'ਚ ਉਹਨਾਂ ਦੇ ਵਿਧਾਇਕ ਨਰੇਸ਼ ਕਟਾਰੀਆ ਦੀ ਅਗਵਾਈ ਹੇਠ ਪੂਰੇ ਪਿੰਡ ਨੇ ਸਰਬਸੰਮਤੀ ਦੇ ਨਾਲ ਸਰਪੰਚ ਚੁਣਿਆ ਜੋ ਨੌਜਵਾਨਾਂ ਨੂੰ ਲੈ ਕੇ ਪਿੰਡ ਦਾ ਵਿਕਾਸ ਕਰਾਉਣਗੇ। ਉਹਨਾਂ ਨੇ ਕਿਹਾ ਕਿ ਪਿੰਡ ਵਿੱਚੋਂ ਨਸ਼ਾ ਖਤਮ ਕੀਤਾ ਜਾਵੇਗਾ ਅਤੇ ਜੋ ਵੀ ਪਿੰਡ ਦੇ ਵਿਕਾਸ ਕਾਰਜਾਂ ਦੇ ਕੰਮ ਹੋਣਗੇ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਕਰਵਾਇਆ ਜਾਵੇਗਾ। ਸਰਬਸੰਮਤੀ ਦੀਆਂ ਪੰਚਾਇਤਾਂ ਚੋਣਾਂ ਤੇ ਭਗਵੰਤ ਸਿੰਘ ਮਾਨ ਦੇ ਸਾਡੇ ਐਮਐਲਏ ਨਰੇਸ਼ ਕਟਾਰੀਆ ਦੇ ਆਦੇਸ਼ਾਂ ਮੁਤਾਬਕ ਜੋ ਸੰਮਤੀ ਨਾਲ ਸਰਪੰਚ ਰਜਿੰਦਰ ਕੌਰ ਸਰਪੰਚ ਨੂੰ ਚੁਗਿਆ ਗਿਆ ਹੈ, ਅਸੀਂ ਇਸ ਪਿੰਡ ਦੇ ਵਿਕਾਸ ਵਾਸਤੇ, ਨੌਜਵਾਨਾਂ ਦੇ ਵਿਕਾਸ ਵਾਸਤੇ ਜੋ ਵੀ ਪਿੰਡ ਦਾ ਵਿਕਾਸ ਵੱਧ ਚੜ੍ਹ ਕੇ ਕਰਨ ਦੀ ਹਿੰਮਤ ਰੱਖਾਂਗੇ ਤੇ ਇਹਨਾਂ ਨੂੰ ਅੱਗੇ ਲਾ ਕੇ ਨੌਜਵਾਨਾਂ ਤੋਂ ਹੀ ਵਿਕਾਸ ਕਰਵਾਵਾਂਗੇ। ਇੰਨੀ ਗੱਲ ਕਹਿੰਦਾ ਖੀਵਾ ਜਾਚ ਕਾ ਵਾਹਿਗੁਰੂ ਜੀ ਕਾ ਖਾਲਸਾ। ਇਹ ਜੀ ਸਰਕਾਰ ਵੱਲੋਂ ਬਹੁਤ ਕੁਛ ਹੀ ਆ ਰਿਹਾ ਹੈ, ਸਟੇਡੀਅਮ, ਗਰਾਊਂਡ, ਮੈਂ ਕ੍ਰਿਕਟ ਦਾ ਸਮਾਨ ਵੀ ਸਰਪੰਚ ਸਾਹਿਬ ਨੇ ਇਹਨਾਂ ਨੂੰ ਲੈ ਕੇ ਦੇ ਦਿੱਤਾ ਹੈ। ਆਉਣ ਵਾਲੇ ਇਹਨਾਂ ਜਿੰਮ ਦਾ ਇੱਕ ਨੌਜਵਾਨਾਂ ਦੀ ਪੈਰ ਰੱਖੀ ਗਈ ਹੈ। ਮੈਂ ਇਹ ਚਾਹੁੰਦਾ ਵੀ ਸਰਪੰਚ ਸਾਹਿਬ ਨੂੰ ਇਹ ਕਰਕੇ ਅਸੀਂ ਕਰਵਾ ਕੇ 15 ਤਰੀਕ ਨੂੰ ਇਲੈਕਸ਼ਨ ਚੋਣ ਖਤਮ ਹੋ ਜਾਣਾ ਹੈ, 20 ਤਰੀਕ ਨੂੰ ਨੌਜਵਾਨਾਂ ਵਾਸਤੇ ਜਿੰਮ ਦਾ ਸਮਾਨ ਇਸ ਹਾਲ 'ਚ ਬਣਿਆ ਹੋਵੇ। ਇਹ ਚਾਹੁੰਦੇ ਵੀ ਸਾਰੇ ਲੜਾਈ ਝਗੜੇ ਤੋਂ ਬਚ ਕੇ ਸਭ ਸੰਮਤੀਆਂ ਕਰੋ ਤੇ ਜੋ ਭਗਵੰਤ ਸਿੰਘ ਮਾਨ ਆਪਣੇ ਹਲਕੇ ਦੇ ਐਮਐਲਏ ਨਰੇਸ਼ ਕਟਾਰੀਆ ਜੀ ਕਹਿ ਰਹੇ ਨੇ ਉਹਨਾਂ ਦੇ ਕਹਿਣ ਤੇ ਸੰਮਤੀਆਂ ਕਰੋ ਤੇ ਪਿੰਡ ਦੇ ਵਿਕਾਸ ਕਰੋ, ਪਿੰਡ 'ਚ ਝਗੜੇ ਨਾ ਬਣਾਓ। ਜੋ ਕਿ ਅੱਜ ਪਿੰਡ ਬਹਿ ਗੁਜਰਾਂ ਵਿੱਚ ਚਾਚੀ ਰਜਿੰਦਰਜੀਤ ਕੌਰ ਨੂੰ ਸਰਪੰਚ ਬਣਾਇਆ ਗਿਆ ਸਹਿਮਤੀ ਨਾਲ, ਰਾਤ ਅਸੀਂ ਨੌਜਵਾਨਾਂ ਨੇ ਸਲਾਹ ਕੀਤੀ ਵੀ ਕੋਈ ਚੰਗਾ ਸਰਪੰਚ ਇਹੋ ਜਿਹਾ ਬਣੇ ਜੋ ਪਿੰਡ ਦਾ ਵਿਕਾਸ ਕਰ ਸਕੇ, ਇਸ ਕਰਕੇ ਅਸੀਂ ਸਲਾਹ ਕੀਤੀ। ਸੁਬਾਹ ਇਹਨਾਂ ਨੂੰ ਇਹਨਾਂ ਕੋਲ ਗਿਆ ਸੀ, ਜਾ ਕੇ ਕਿਹਾ ਵੀ ਤੁਹਾਨੂੰ ਇਹ ਸਹਿਮਤੀ ਨਾਲ ਸਰਪੰਚ ਬਣਾ ਰਹੇ ਹਾਂ। ਅਸੀਂ ਫਿਰ ਘਰ ਪ੍ਰਤੀ ਜਾ ਕੇ ਹਰੇਕ ਘਰ ਜਾ ਕੇ ਅਸੀਂ ਆਖਿਆ ਵੀ ਆਪਾਂ ਸਹਿਮਤੀ ਬਣਾ ਰਹੇ ਹਾਂ, ਸਰਪੰਚ ਸਾਹਿਬ ਨੂੰ ਰਜਿੰਦਰ ਕੌਰ ਨੂੰ ਸਰਪੰਚ ਬਣਾਉਣਾ ਸਹਿਮਤੀ ਨਾਲ। ਸਾਰੇ ਘਰ ਪ੍ਰਤੀ ਗਏ, ਸਾਰੇ ਜਨਤਾ ਬਹੁਤ ਖੁਸ਼ ਹੋਈ ਹੈ। ਉਦੋਂ ਹੀ ਘਰ ਪ੍ਰਤੀ ਬੰਦਾ ਹਰੇਕ ਘਰ ਦਾ ਨਾਲ ਤੁਰ ਪਿਆ, ਤੁਰ ਕੇ ਖੁਸ਼ੀ ਨਾਲ ਅਸੀਂ ਇੱਥੇ ਆਪ ਇਕੱਠੇ ਹੋਏ ਹਾਂ। ਇਹਨਾਂ ਨੂੰ ਬਾਅਦ 'ਚ ਸੱਦਿਆ ਗਿਆ, ਸੱਦ ਕੇ ਜੋ ਕਿ ਹੁਣ ਸਾਡੀ ਇਹੋ ਹੀ ਅਰਜ਼ੀ ਹੈ ਨੌਜਵਾਨਾਂ ਦੀ ਵੀ ਪਿੰਡ 'ਚੋਂ ਨਸ਼ਾ ਮੁਕਤ ਹੋਵੇ, ਖੇਡਾਂ ਵੱਲ ਲੋਕਾਂ ਦਾ ਧਿਆਨ ਲੈਂਦਾ ਜਾਏ, ਗਰਾਊਂਡ ਬਣਾਏ ਜਾਣ, ਜਨਤਾ ਨੂੰ ਬਿਲਕੁਲ ਖੁਸ਼ਹਾਲ ਕੀਤਾ ਜਾਵੇ। ਸਰਬਸੰਮਤੀ ਇਸ ਕਰਕੇ ਅਸੀਂ ਕਰੇ, ਲੜਾਈ ਝਗੜੇ ਤੋਂ ਦੂਰ ਰਹੀਏ ਤੇ ਆਰਾਮ ਨਾਲ ਕੰਮ ਹੋਣ, ਜਨਤਾ ਖੁਸ਼ਹਾਲ ਹੋਵੇ, ਨਸ਼ੇ ਤੋਂ ਮੁਕਤ ਹੋਵੇ, ਗਰਾਊਂਡ ਬਣਾਏ ਜਾਣ। ਤੇ ਧੰਨਵਾਦ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ, ਨਰੇਸ਼ ਕਟਾਰੀਆ ਜੀ ਦਾ, ਸ਼ੰਕਰ ਜੀ ਦਾ, ਜਿਨ੍ਹਾਂ ਨੇ ਉਪਰਾਲਾ ਕੀਤਾ ਤੇ ਚਲੋ ਸਾਨੂੰ ਵੱਧ ਤੋਂ ਵੱਧ ਗਰਾਊਂਡ ਭੇਜੀ ਜਾਵੇ ਜੋ ਕਿ ਸਰਪੰਚ ਸਾਹਿਬ ਪਿੰਡ ਦਾ ਵਿਕਾਸ ਕਰਨ ਤੇ ਅਸੀਂ ਵੀ ਖੁਸ਼ਹਾਲ ਰਹੀਏ। ਚਲੋ ਇਹ ਹੱਕਦਾਰ ਵੀ ਨੇ, ਕਰ ਵੀ ਇਹੀ ਸਕਦੇ ਨੇ, ਕਿਉਂ ਅੱਗੇ ਲੱਗ ਕੇ ਨੌਜਵਾਨਾਂ ਦੀ ਜੇ ਕੁਛ ਇਹਨਾਂ ਦੇ ਹੈ ਆ ਕੋਲ ਤੇ ਨੌਜਵਾਨਾਂ ਦੀ ਸਲਾਹ ਕੀਤੀ ਹੈ ਵੀ ਸਰਪੰਚ ਸਾਹਿਬ ਇਹੀ ਚਾਹੀਦੇ ਨੇ। ਚਲੋ ਬਹੁਤ ਬਹੁਤ ਧੰਨਵਾਦ ਹੈ ਪਿੰਡ ਵਾਲਿਆਂ ਦਾ ਵੀ ਤੇ ਸਰਪੰਚ ਸਾਹਿਬ ਦਾ, ਜਿਨ੍ਹਾਂ ਸਾਨੂੰ ਕਹਿ ਤੇ ਸਰਪੰਚ ਸਾਹਿਬ
ਲਾਖੇ ਲੱਗ ਗਏ। ਚਲੋ ਧੰਨਵਾਦ ਬਹੁਤ ਬਹੁਤ ਜੀ ਤੁਹਾਡਾ। ਸੋ ਪਿੰਡ ਜਿਹੜਾ ਆਪਣਾ ਨਗਰ ਹੈਗਾ ਜੀ ਬਹਿ ਗੁਜਰਾਂ, ਠੀਕ ਹੈ ਜੀ, ਅਤੇ ਆਪਾਂ ਮਾਤਾ ਹਰਜਿੰਦਰ ਕੌਰ ਨੂੰ ਸਰਪੰਚ ਚੁਣ ਲਿਆ ਗਿਆ ਜੀ, ਠੀਕ ਹੈ। ਉਸ ਤੋਂ ਬਾਅਦ ਜਿਹੜੇ ਵੀ ਪਿੰਡ ਦੇ ਕੰਮ ਨੇ ਇਹਨਾਂ ਨੂੰ ਕਹੋ ਕਰਨਗੇ ਜੀ, ਜਿੰਨੇ ਵੀ ਆਪਣੇ ਕੰਮ ਹੈਗੇ ਗਲੀਆਂ ਦਾ ਨਾਲੀਆਂ ਦਾ ਜਿਹੜੇ ਵੀ ਕੰਮ ਹੈਗੇ। ਸੋ ਜਿੰਮ ਦਾ ਵੀ ਇੱਥੇ ਪ੍ਰਬੰਧ ਹੋਊਗਾ ਜੀ, ਇਨਵਾਇਰਮੈਂਟ ਤੁਹਾਨੂੰ ਵਧੀਆ ਮਿਲੇਗਾ, ਪਿੰਡ ਦੇ ਵਿੱਚ ਕੋਈ ਲੜਾਈ ਝਗੜਾ ਨਹੀਂ ਹੋਊਗਾ ਜੀ, ਸ਼ਾਂਤੀ ਦਾ ਪ੍ਰਤੀਕ ਹੋਊਗਾ ਪਿੰਡ। ਅਤੇ ਜੋ ਵੀ ਇਹ ਪਿੰਡ ਨੇ ਨਗਰ ਨੇ ਫੈਸਲਾ ਲਿਆ ਲੜਾਈ ਝਗੜੇ ਤੋਂ ਰਹਿਤ ਰਹਿ ਕੇ, ਸੋ ਸਾਰਿਆਂ ਦਾ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਬਹੁਤ ਧੰਨਵਾਦ ਕਰਦੀ ਹਾਂ ਜਿਹਨਾਂ ਨਗਰ ਨੇ ਸਾਰੇ ਪਿੰਡ ਨੇ ਰਲ ਕੇ ਸਭ ਸੰਮਤੀ ਕਰ ਦਿੱਤੀ ਹੈ, ਬਹੁਤ ਖੁਸ਼ੀ ਸਾਨੂੰ। ਜੋ ਪਿੰਡ ਦਾ ਵਿਕਾਸ ਕੰਮ ਸਭ ਅਸੀਂ ਵੱਡੇ ਨੌਜਵਾਨਾਂ ਦੇ ਅੱਖੇ ਲਾ ਕੇ ਸਾਰੇ ਕਰ